ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਸਵੱਛ ਭਾਰਤ ਅਭਿਆਨ ਦਾ ਨਾਰਾ ਦੇਣ ਵਾਲੀ ਭਾਜਪਾ ਪਾਰਟੀ ਖੁਦ ਗੰਦਗੀ ਫੈਲਾ ਕੇ ਚਲੀ ਗਈ। ਜੀ ਹਾਂ, 3 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਦੀ ਪੁੱਡਾ ਗਰਾਊਂਡ ਦੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਸੀ। ਇਸ ਰੈਲੀ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਨੇ ਰੈਲੀ ਦੇ ਸਾਰੇ ਪ੍ਰਬੰਧ ਕੀਤੇ ਸਨ, ਪਰ ਰੈਲੀ ਖਤਮ ਹੁੰਦੇ ਹੀ ਸਾਰੇ ਉੱਥੋਂ ਨਿਕਲ ਗਏ। ਕਿਸੇ ਵੀ ਭਾਜਪਾ ਦੇ ਵਰਕਰ ਨੇ ਉਸ ਪੁੱਡਾ ਗਰਾਊਂਡ ਦੇ ਵਿੱਚ ਪਈ ਗੰਦਗੀ ਨੂੰ ਸਾਫ਼ ਨਹੀਂ ਕਰਵਾਇਆ। ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੱਛ ਭਾਰਤ ਅਭਿਆਨ ਦਾ ਨਾਰਾ ਲਾਉਂਦੇ ਨੇ, ਪਰ ਇਸ ਪੁੱਡਾ ਗਰਾਊਂਡ ਦੇ ਵਿੱਚ ਕਿਸੇ ਨੇ ਵੀ ਇਸ ਦੀ ਸਫਾਈ ਨਹੀਂ ਕੀਤੀ, ਜਿਸ ਦੇ ਚੱਲਦਿਆਂ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੇਲਣੀ ਪਈ। ਅੱਜ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਰੈਲੀ ਵਾਲੀ ਥਾਂ 'ਤੇ ਜਾ ਕੇ ਸਫਾਈ ਅਭਿਆਨ ਚਲਾਇਆ ਅਤੇ ਪੁੱਡਾ ਗਰਾਊਂਡ ਦੀ ਸਫਾਈ ਖੁਦ ਕੀਤੀ। ਗੁਰਦਾਸਪੁਰ ਦੀ ਪੁੱਡਾ ਗਰਾਊਂਡ ਨੂੰ ਸਾਫ਼ ਕਰਨ ਪਹੁੰਚੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਨੇ ਕਿਹਾ ਕਿ ਭਾਜਪਾ ਜੋ ਸਵੱਛ ਭਾਰਤ ਅਭਿਆਨ ਦੀ ਗੱਲ ਕਰਦੀ ਨਹੀਂ ਥੱਕਦੀ, ਅੱਜ ਗੁਰਦਾਸਪੁਰ ਦੇ ਵਿੱਚ ਉਸਦੀ ਹਵਾ ਨਿਕਲ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਗੁਰਦਾਸਪੁਰ ਦੇ ਵਿੱਚ ਗੰਦਗੀ ਫੈਲਾ ਕੇ ਚਲੇ ਗਏ ਸਨ ਅਤੇ ਕਿਸੇ ਨੇ ਸਾਫ਼ ਨਹੀਂ ਕੀਤਾ। ਇਹ ਸਾਡਾ ਸ਼ਹਿਰ ਹੈ, ਸਾਨੂੰ ਲੋਕਾਂ ਨੇ ਕਿਹਾ ਸੀ ਕਿ ਇਹ ਬਹੁਤ ਗੰਦਗੀ ਫੈਲੀ ਹੈ, ਜਿਸ ਦੇ ਚੱਲਦਿਆਂ ਅਸੀਂ ਇੱਥੇ ਸਫਾਈ ਕਰਨ ਲਈ ਪਹੁੰਚੇ ਹਾਂ, ਜਦੋਂ ਕਿ ਇਹ ਕੰਮ ਭਾਜਪਾ ਦਾ ਸੀ। ਅਤੇ ਉਹਨਾਂ ਨੇ ਕਿਹਾ ਕਿ ਸਭ ਨੂੰ ਵੱਡੀ ਆਸ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਨੂੰ ਕੁਝ ਦੇ ਕੇ ਜਾਣਗੇ, ਪਰ ਸਿਰਫ 40 ਮਿੰਟ ਦਾ ਭਾਸ਼ਣ ਦੇਕਰ ਉਹ ਚੱਲਦੇ ਬਣੇ। ਇੱਥੇ ਮਾਣਯੋਗ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੁੱਡਾ ਗਰਾਊਂਡ ਗੁਰਦਾਸਪੁਰ ਵਿਖੇ ਕੁਝ ਦਿਨ ਪਹਿਲਾਂ ਪਹੁੰਚੇ ਸੀਗੇ ਔਰ ਉੱਥੇ 35 ਮਿੰਟ ਦਾ ਉਹ ਭਾਸ਼ਣ ਦੇ ਕੇ ਗਏ, ਜਿਹਦੇ 'ਚੋਂ 30 ਮਿੰਟ ਉਹਨਾਂ ਤਕਰੀਬਨ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੂੰ ਕੋਸ਼ਣ 'ਤੇ ਲਾਇਆ ਔਰ 5 ਮਿੰਟ ਕਰਤਾਰਪੁਰ ਲਾਂਘੇ 'ਤੇ ਬੋਲ ਕੇ ਔਰ ਚੱਲਦੇ ਬਣੇ ਇੱਥੋਂ। ਔਰ ਪੂਰੇ ਭਾਸ਼ਣ ਦੇ ਵਿੱਚੋਂ ਉਹਨਾਂ ਨੇ ਸਵੱਛ ਭਾਰਤ ਅਭਿਆਨ ਜਿਹੜਾ ਇਹਨਾਂ ਸ਼ੁਰੂ ਕੀਤਾ ਸੀਗਾ ਉਹਦਾ ਹੌਕਾ ਦੇ ਕੇ ਚਲੇ ਗਏ, ਪਰ ਜਿੱਥੇ ਉਹ ਰੈਲੀ ਕਰਕੇ ਗਏ ਆ ਉੱਥੇ ਕਈ ਏਕੜਾਂ ਦੇ ਵਿੱਚ ਜਿਹੜਾ ਇੱਥੇ ਖਲਾਰਾ ਪਾ ਕੇ ਪੂਰੀ ਗੰਦਗੀ ਫੈਲਾ ਕੇ ਗਏ ਨੇ ਔਰ ਜਿਹੜੇ ਉਹਨਾਂ ਦੇ ਕਾਰਜਕਰਤਾ ਔਰ ਪੂਰੀ ਬੀਜੇਪੀ ਪਾਰਟੀ ਉਹਨਾਂ ਨੇ ਬਿਲਕੁਲ ਸਫਾਈ ਅਭਿਆਨ ਦੀ ਜਿਹੜੀ ਹਵਾ ਕੱਢ ਕੇ ਰੱਖਤੀ ਆ। 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸਨ ਔਰ ਇਹਨਾਂ ਨੇ ਬੜਾ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਕਿ ਸਵੱਛ ਭਾਰਤ ਅਭਿਆਨ ਜਿਹੜਾ ਸ਼ੁਰੂ ਕੀਤਾ ਜਾਊਗਾ, ਉਹ ਸਵੱਛ ਭਾਰਤ ਅਭਿਆਨ ਗੁਰਦਾਸਪੁਰ 'ਚ ਉਹਦੀ ਹਵਾ ਨਿਕਲਦੀ ਦੇਖੀ ਗਈ ਹੈ, ਕਿਉਂਕਿ ਆਪਾਂ ਆਪਣੇ ਘਰ ਤੋਂ ਸਫਾਈ ਸ਼ੁਰੂ ਕਰਦੇ ਹਾਂ। ਜੇ ਅਸੀਂ ਆਪਣੇ ਘਰੇ ਇੱਥੇ ਜਿੱਥੇ ਆਉਂਦੇ ਹਾਂ ਜਿੱਥੇ ਬਹਿੰਦੇ ਹਾਂ ਉੱਥੇ ਗੰਦਗੀ ਪਾ ਕੇ ਚਲੇ ਗਏ ਹਾਂ ਔਰ ਇਸ ਤੋਂ ਉਹਦੀ ਅੱਜ ਸਾਰੇ ਪੂਰੇ ਕਾਂਗਰਸ ਪਾਰਟੀ ਦੇ ਕਾਰਜਕਰਤਾ ਔਰ ਸਾਰੇ ਵਰਕਰ ਸਾਹਿਬਾਨ ਇੱਥੇ ਪਹੁੰਚ ਕੇ ਮੇਰੇ ਨਾਲ ਸਫਾਈ ਇੱਥੇ ਕਰਨ ਆਏ ਹਾਂ, ਕਿਉਂਕਿ ਇਹ ਸਾਡਾ ਗੁਰਦਾਸਪੁਰ ਸ਼ਹਿਰ ਔਰ ਤਕਰੀਬਨ ਸਾਡਾ ਸ਼ਹਿਰ ਜਿਹੜਾ ਉਹ ਸਫਾਈ ਅਭਿਆਨ ਦੇ ਵਿੱਚ ਬਹੁਤ ਪਿਛਲੇ 1.5 ਸਾਲ ਤੋਂ ਅਸੀਂ ਬੜੀ ਜ਼ੋਰ ਸ਼ੋਰ ਨਾਲ ਗੁਰਦਾਸਪੁਰ ਸ਼ਹਿਰ ਦੀ ਸਫਾਈ ਦਾ ਅਭਿਆਨ ਚੱਕਿਆ ਹੋਇਆ ਔਰ ਅੱਜ ਇਹ ਵੀ ਸਫਾਈ ਉਸੇ ਕੜੀ ਤਹਿਤ ਅਸੀਂ ਕਰਨ ਆਏ ਹਾਂ ਔਰ ਨਾਲ ਦੀ ਨਾਲ ਪ੍ਰਧਾਨ ਮੰਤਰੀ ਸਾਹਿਬ ਇੱਥੇ ਪਹੁੰਚੇ ਜਿੱਥੇ ਕਰੋੜਾਂ ਰੁਪਈਆ ਖਰਚ ਕਰਕੇ ਇੱਥੇ ਰੈਲੀ ਆਯੋਜਿਤ ਕੀਤੀ ਗਈ ਔਰ ਜਿੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਔਰ ਸਾਨੂੰ ਸਾਰਿਆਂ ਨੂੰ ਬੜੀਆਂ ਆਸਾਂ ਸੀਗੀਆਂ, ਉਹਦੇ ਨਾਲ ਦੀ ਨਾਲ ਬੀਜੇਪੀ ਦੇ ਜਿਹੜੇ ਇਹਨਾਂ ਦੇ ਵਰਕਰ ਔਰ ਲੀਡਰ ਸੀਗੇ ਉਹਨਾਂ ਨੂੰ ਵੀ ਬਹੁਤ ਆਸਾਂ ਸੀ ਕਿ ਗੁਰਦਾਸਪੁਰ ਵਾਸਤੇ ਪ੍ਰਧਾਨ ਮੰਤਰੀ ਆ ਰਹੇ ਨੇ ਔਰ ਪਤਾ ਨਹੀਂ ਕੀ ਦੇ ਜਾਣਗੇ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਇੱਥੋਂ ਦੇ। ਉਹ 4-5 ਦਿਨ ਪਹਿਲਾਂ ਉਹਨਾਂ ਨੇ ਕਾਫ਼ੀ ਜ਼ੋਰ ਸ਼ੋਰ ਨਾਲ ਕਿਹਾ ਕਿ ਮੈਂ ਰੇਲਵੇ ਲਾਈਨ ਮੰਗਣੀ ਆ, ਗੁਰਦਾਸਪੁਰ ਦਾ ਲਿੰਕ ਮੰਗਣਾ, ਮਕੇਰੀਆਂ ਦੇ ਨਾਲ ਮੈਡੀਕਲ ਕਾਲਜ ਮੰਗਣਾ ਔਰ ਧਾਰੀਵਾਲ ਵੂਲਨ ਮਿੱਲ ਨੂੰ ਚਾਲੂ ਕਰਨ ਲਈ ਮੰਗਣਾ, ਕੋਈ ਇੰਡਸਟਰੀ ਮੰਗਣੀ ਹੈ
ਔਰ ਸਟੇਜ ਤੇ ਵੇਖਣ ਨੂੰ ਮਿਲਿਆ ਕਿ ਜ਼ਿਲ੍ਹਾ ਪ੍ਰਧਾਨ ਤੇ ਦੂਰ ਦੀ ਗੱਲ, ਇੱਥੇ ਕਿਸੇ ਦੀ ਵੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਕਿ ਪੰਜਾਬ ਦੇ ਵਿੱਚ ਆਏ ਹਾਂ। ਘੱਟੋ ਘੱਟ ਗੁਰਦਾਸਪੁਰ ਜਿਸ ਜਗ੍ਹਾ ਤੇ ਪਹੁੰਚੇ ਹਾਂ ਉੱਥੇ ਕੁਛ ਨਾ ਕੁਛ ਜ਼ਰੂਰ ਅਨਾਊਂਸ ਕਰਕੇ ਜਾਂਦੇ। ਉੱਥੇ ਹੀ ਮਿਊਂਸੀਪਲ ਕਾਰਪੋਰੇਸ਼ਨ ਦੇ ਇੰਸਪੈਕਟਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ 3 ਜਨਵਰੀ ਨੂੰ ਜੋ ਰੈਲੀ ਹੋਈ ਸੀ ਜਿਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸਨ, ਉਸ ਰੈਲੀ ਦੇ ਖਤਮ ਹੋਣ ਤੇ ਬਾਅਦ ਉੱਥੋਂ ਦੀ ਸਫਾਈ ਕਿਸੇ ਨੇ ਨਹੀਂ ਕਰਾਈ ਅਤੇ ਨਾ ਹੀ ਸਾਨੂੰ ਇੱਥੇ ਕਿਸੇ ਨੇ ਆ ਕੇ ਇਸ ਸਫਾਈ ਨੂੰ ਕਰਨ ਨੂੰ ਕਿਹਾ। ਸਾਨੂੰ ਤਾਂ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜਿੱਥੇ ਬਹੁਤ ਗੰਦਗੀ ਫੈਲੀ ਹੋਈ ਹੈ, ਜਿਸ ਦੇ ਲਈ ਅੱਜ ਛੁੱਟੀ ਦੇ ਦਿਨ ਵੀ ਅਸੀਂ ਸਫਾਈ ਕਰਨ ਪਹੁੰਚ ਗਏ ਅਤੇ ਗੁਰਦਾਸਪੁਰ ਦੇ ਵਿਧਾਇਕ ਵੀ ਸਾਡੇ ਨਾਲ ਆਪਣੇ ਵਰਕਰਾਂ ਨੂੰ ਲੈ ਕੇ ਸਫਾਈ ਕਰਨ ਦੇ ਲਈ ਪਹੁੰਚੇ ਨੇ। ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਰੈਲੀ ਕੀਤੀ ਗਈ ਤੇ ਉੱਥੇ ਬਹੁਤ ਗੰਦ ਪੈ ਗਿਆ ਸੀਗਾ, ਸਾਡੇ ਧਿਆਨ ਵਿੱਚ ਆਇਆ ਤੇ ਅਸੀਂ ਤੁਰੰਤ ਐਕਸ਼ਨ ਲੈ ਕੇ ਉੱਥੇ ਸਫਾਈ ਕਰ ਦਿੱਤੀ ਗਈ। 3 ਤਰੀਕ ਨੂੰ ਹੋਈ ਸੀਗੀ ਤੇ ਅੱਜ ਸਾਡੇ ਨਾਲ ਵਿੱਚ ਆਇਆ, ਸੰਡੇ ਹੋਣ ਦੇ ਬਾਵਜੂਦ ਅਸੀਂ ਬੰਦੇ ਇਕੱਠੇ ਕਰਕੇ ਸਫਾਈ ਕਰਵਾਈ। MLA ਸਾਹਿਬ ਸੀਗੇ ਤੇ ਉਹਨਾਂ ਵਰਕਰ ਸਿਵਾਉਣ ਸੀਗੇ, MLA ਸ੍ਰੀ ਵਰਿੰਦਰਜੀਤ ਸਿੰਘ ਪਾੜਾ, ਕਾਫੀ ਖਲਾਰਾ ਪਿਆ ਹੋਇਆ ਸੀਗਾ, ਘੱਟੋ ਘੱਟ 30-35 ਸਫਾਈ ਸੇਵਕ ਲਾ ਕੇ ਟਰਾਲੀਆਂ ਲਾ ਕੇ ਸਫਾਈ ਕਰਵਾਈ ਗਈ ਆਪਣੇ। ਰੈਲੀ ਵਿੱਚ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਆਪਣੇ ਪ੍ਰੈਜੀਡੈਂਟ ਇਹਨਾਂ ਦੇ ਜਿਹੜੇ ਤਰੁਣ ਚੁੱਗ ਜੀ ਉਹ ਲੋਕਲ ਲੀਡਰ ਸੀਗੇ, ਹਾਂ ਫਰਜ਼ ਤਾਂ ਉਹਨਾਂ ਦਾ ਬਣਦਾ ਸੀਗਾ ਜੀ। ਸਾਨੂੰ ਦੱਸ ਦਿੰਦੇ ਮਾੜਾ ਇਹਨਾਂ ਇੰਟੀਮੇਸ਼ਨ ਦੇ ਦਿੰਦੇ, ਆਪਾਂ ਉਸੇ ਵੇਲੇ ਲਾ ਕੇ ਸਫਾਈ ਕਰਵਾ ਦਿੰਦੇ ਸੀ। ਇਹ ਤਾਂ ਆਪਣਾ ਵੀ ਫਰਜ਼ ਬਣਦਾ ਜੀ ਸਾਰਿਆਂ ਰਲ ਮਿਲ ਕੇ ਕਿ ਆਪਾਂ ਸਫਾਈ ਪ੍ਰਤੀ ਸੁਚੇਤ ਰਹੀਏ ਅਤੇ ਇਹਦੀ ਜਿਹੜੀ ਆ ਸਫਾਈ ਨੂੰ ਜਿਹੜਾ ਆਪਣਾ ਜਾਤੀ ਫਰਜ਼ ਸਮਝ ਕੇ ਇਹਦਾ ਖਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ। ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ, ਦਿਵਿਆ ਪੰਜਾਬ TV।